ਹਾਂਜੀ ਅੱਜ ਅਸੀਂ ਆਏ ਹਾਂ ਪੱਠੇ ਦੇ ਸਾਰਿਆਂ ਨੂੰ ਗੋਲਗੱਪੇ ਖਵਾਉਣ। ਤੁਸੀਂ ਇੱਧਰ ਸਾਰਿਆਂ ਨੇ ਝਾਤ ਮਾਰੋ ਹੈ ਨਾ, ਆਹ ਸਾਰੀ ਜਗ੍ਹਾ 'ਤੇ ਕਿਤੇ ਵੀ ਕੋਈ ਦਰਖਤ ਨਹੀਂ ਹੈਗਾ ਹੈ ਨਾ, ਅਤੇ ਸਾਰੇ ਭੈਣ ਭਰਾ ਗਰਮੀ ਦੇ ਵਿੱਚ ਧੁੱਪੇ ਇੱਟਾਂ ਬਣਾਉਂਦੇ ਆ, ਅਤੇ ਸਾਨੂੰ ਇਹ ਚੀਜ਼ ਦਾ ਪਤਾ ਵੀ ਇੱਥੇ ਇੱਟ ਬਣਾਉਣੀ ਕਿੰਨੀ ਔਖੀ ਆ ਪੂਰੀ ਗਰਮੀ ਦੇ ਵਿੱਚ। ਹਜੇ ਤਾਂ ਹਜੇ ਇੰਨੀ ਗਰਮੀ ਹੈ ਨਹੀਂ, ਪਰ ਗਾਂਹ ਜਿਵੇਂ ਗਾਂਹ ਗਾਂਹ ਮਹੀਨੇ ਆਈ ਜਾਣੇ ਗਰਮੀ ਦੇ ਨਾ, ਅਤੇ ਬੁਰਾ ਹਾਲ ਹੋਣਾ, ਅਤੇ ਆਹ ਨਿੱਕੇ ਨਿੱਕੇ ਜਵਾਕ ਵਿਚਾਰੇ ਇੱਟਾਂ ਬਣਾਉਂਦੇ ਹੁੰਦੇ ਇੱਥੇ, ਅਤੇ ਬਹੁਤ ਕੰਮ ਔਖਾ ਵਾ, ਇੱਥੇ ਖੜ੍ਹਨਾ ਔਖਾ 10 ਮਿੰਟ, ਅਤੇ ਸਾਨੂੰ ਇਹ ਚੀਜ਼ ਦਾ ਪਤਾ ਹੈ ਨਾ। ਪਰ ਅੱਜ ਰੱਬ ਨੇ ਸਾਡੀ ਜਿੰਨੀ ਕੁ ਵੀ ਡਿਊਟੀ ਲਾਈ ਆ, ਅਸੀਂ ਅੱਜ ਸਾਰੇ ਭੈਣ ਭਰਾਵਾਂ ਵਾਸਤੇ ਨਿੱਕੇ ਨਿੱਕੇ ਜਵਾਕਾਂ ਦੇ ਗੋਲਗੱਪੇ ਲੈ ਗਏ ਆ। ਲਓ ਜੀ ਰੇਹੜੀ ਆਪਣੀ ਆ ਗਈ, ਆ ਜਾਓ ਵੀ ਆ ਜਾਓ ਸਾਰੇ ਇਕੱਠੇ ਕਰ ਲਿਓ ਜਵਾਕ, ਕੋਈ ਵੀ ਨਾ ਰਹੇ ਤੁਹਾਡਾ। ਲਿਆ ਵੀ ਅੱਜ ਅੱਜ ਦੀ ਦਿਹਾੜੀ ਅਸੀਂ ਗੋਲਗੱਪੇ ਵਾਲੇ ਬਣ ਗਏ ਆ, ਸਾਰਿਆਂ ਨੂੰ ਖਵਾ ਲਿਆ, ਨੇੜੇ ਕਰੋ ਕਿਹੜਾ ਰਹਿ ਗਿਆ, ਹੋਰ ਰੁਕ ਜਾਓ ਰੁਕ ਜਾਓ ਰੁਕ ਜਾਓ ਰੁਕ ਜਾਓ ਸ਼ੇਰੋ ਰੁਕ ਜਾਓ, ਨਹੀਂ ਗੋਲਗੱਪੇ ਖਵਾਉਣ ਵਾਲੇ ਘੱਟ ਆ, ਖਾਣ ਵਾਲੇ ਵੱਧ ਆ। ਆਹ ਵੇਲਾ ਬੰਦਾ ਕਿਹੋ ਜਿਹਾ ਵਾ, ਆਲੂ ਸਾਨੂੰ ਛਿਲੜੇ ਪੈ ਰਹੇ, ਆਲੂ ਸੈਲ ਕਿਤੇ ਲੈ ਕੇ ਆਵਾਂ, ਧੁੱਪ ਮੈਂ ਕੰਮ ਕਰਦੇ ਹੋ ਇਸ ਲਈ ਆਪਕੇ ਲਈ ਲੈ ਕੇ ਯਾਰ, ਹਿੰਦੀ ਨਾਲ ਮੁਕਾਬਲਾ ਕਰਨਾ ਔਖਾ, ਆਪ ਧੁੱਪ ਮੇ ਕੰਮ ਕਰਦੇ ਹੋ ਨਾ ਇਸ ਲਈ ਲੈ ਕੇ ਆਏ ਬਾਈ, ਉਹ ਇਕੱਲਾ ਬੰਦਾ ਯਾਰ, ਰੁਕ ਜਾਓ ਯਾਰ, ਐਂ ਨਾ ਕਰੋ, ਇਕੱਲਾ ਬੰਦਾ ਤੁਹਾਡੇ ਵਾਸਤੇ ਲੈ ਗਏ ਤੁਸੀਂ, ਤੁਸੀਂ ਗਰਮੀ ਤੁਸੀਂ ਗਰਮੀ 'ਚ ਕੰਮ ਕਰਦੇ ਆ ਤਾਂ ਤੁਹਾਡੇ ਹੱਥ 'ਤੇ ਲੈ ਕੇ ਆਏ, ਅਤੇ ਤੁਸੀਂ ਧੱਕਾ ਮੁੱਕੀ ਕਰੀ ਜਾਂਦੇ ਸਾਡੇ ਨਾਲ, ਐਂ ਨਾ ਕਰੋ ਯਾਰ, ਮੈਨੂੰ ਇਹਨੇ ਆਲੂ ਛਿੱਲਣ ਲਾਇਆ ਵਾ, ਅਤੇ ਇੱਧਰ ਗੋਲਗੱਪੇ ਖਵਾਉਂਦਾ ਵੇਖ, ਇੱਧਰ ਦੇਖੀ ਆਲੂ ਪਾਉਣੇ ਨਹੀਂ ਇਹਨੇ ਵਿੱਚ, ਦੇਖੀ ਜਾਈਏ ਆ ਜਾ, ਹੈਲੋ ਆਲੂ ਨਹੀਂ ਪਾਉਂਦਾ ਵਿੱਚ, ਕੀ ਕਹਿੰਦੇ ਆ ਵੇਖ ਬਾਈ, ਆਲੂ ਆਲੂ ਤੋਂ ਬਿਨਾਂ ਗੋਲਗੱਪੇ ਕਿੱਥੇ ਸਵਾਦ ਲੱਗਣੇ ਬਾਈ, ਖੁਸ਼ੀ ਹੋਈ ਤੁਹਾਨੂੰ ਕਿ ਨਹੀਂ, ਆਹ ਤਾਂ ਵੱਡੀ ਗੱਲ ਇਹ ਆ ਵੀ ਇਹਨਾਂ ਦੇ ਨਿੱਕੇ ਨਿੱਕੇ ਜਵਾਕ ਵੀ ਵਿਚਾਰੇ ਇੱਟਾਂ ਪੱਥਦੇ ਆ, ਖੂਬ ਵਧੀਆ ਲੱਗਾ ਅਸੀਂ ਤੁਹਾਡੇ ਹੱਥ ਲੈ ਕੇ ਆਏ, ਮੈਂ ਯਾਰ ਸਾਰੇ ਭੈਣ ਭਰਾ ਦੇ ਕੰਮ ਕਰਦੇ ਆ, ਅਤੇ ਅਸੀਂ ਪਿੰਡੋਂ ਪਿੰਡਰ ਕਲਾਂ ਤੋਂ ਰੇਹੜੀ ਤੋੜ ਕੇ ਲੈ ਕੇ ਆਏ, ਇੱਥੇ ਤੁਹਾਡੇ ਹੱਥ ਲੈ ਕੇ ਆਏ, ਬਸ ਤੁਹਾਡਾ ਪਿਆਰ ਚਾਹੀਦਾ, ਆਹ ਵੇਖ ਲਓ ਆਹ ਬਾਈ ਤੋਂ ਆਹ ਬਾਈ ਇੱਟਾਂ ਬਣਾਉਂਦਾ ਵੇਖੋ, ਸਾਰੇ ਪਾਸੇ ਵਿਖਾ ਸਾਰਾ ਏਰੀਆ, ਇੱਥੇ ਭੋਰਾ ਛਾਂ ਨਹੀਂ ਹੈਗੀ ਕਿਤੇ ਵੀ, ਭੋਰਾ ਛਾਂ ਵੀ ਹੈ ਨਹੀਂ ਭੋਰਾ ਵੀ, ਅਤੇ ਇੰਨੀ ਧੁੱਪ ਦੇ ਵਿੱਚ ਇੱਟਾਂ ਬਣਾਉਣੀਆਂ ਕੋਈ ਖਲਾਈ ਦਾ ਵਾਲਾ ਨਹੀਂ ਹੈ ਨਾ, 10 ਮਿੰਟ ਪਹਿਲਾਂ ਇੱਥੇ ਕੋਈ ਨਹੀਂ ਜੀਂਦਾ ਸੀਗਾ, ਹੁਣ ਵੇਲੇ ਤੇ ਚੀਕ ਜਗਾੜਾ ਪੈਂਦਾ ਪੂਰਾ, ਗੋਲਗੱਪੇ ਬਹੁਤ ਦਿੰਦੇ ਮੇਰੇ ਕੋਲ ਥੋੜ੍ਹੀ ਗੋਲਗੱਪੇ, ਗੋਲਗੱਪੇ ਦੇ ਕੋਲ ਵੱਡਿਆਂ ਦਾ ਤਾਂ ਨਹੀਂ ਅਸੀਂ ਕੁਛ ਕਹਿ ਸਕਦੇ, ਪਰ ਨਿੱਕੇ ਜਵਾਕਾਂ ਦੀ ਰੂਹ ਖੁਸ਼ ਹੋ ਗਈ ਆ, ਇਹਦੀ ਬਹੁਤ ਵੱਡੀ ਕੁਰਬਾਨੀ ਆ, ਜਿਹੜਾ ਸਾਡੇ ਪਿੰਡੋਂ 3 ਕਿਲੋਮੀਟਰ ਤੋਂ ਤੁਰ ਕੇ ਆਇਆ ਵਾ, ਸਾਡੇ ਪਿੰਡ 'ਚ ਨਾ ਇਹ 1 ਨੰਬਰ ਦਿਆ ਗੋਲਗੱਪਿਆਂ 'ਚ, ਕੋਈ ਗੋਲਗੱਪਾ ਨਹੀਂ ਰਿਹਾ ਇੱਥੇ, ਸਾਰੇ ਡੈਡ ਆ ਖਾ ਲਈਏ, ਹੋਰ ਖਾਣਾ ਦੇਖ ਲਾ, ਖਾਣਾ ਹੋਰ ਪਾਣੀ ਨਹੀਂ ਮਿਲਿਆ, ਪਾਣੀ ਤੈਨੂੰ ਪਿਆ ਦੇਣਾ, ਹਾਂ ਕੱਲ ਕੋ ਹੋਰ ਆਏ, ਬਸ ਠੀਕ ਹੈ ਕੱਲ ਕੋ ਫਿਰ ਆਏ, ਹਾਂ ਨਹੀਂ ਨਹੀਂ ਪੈਸੇ ਨਹੀਂ ਦੇਣੇ, ਫ੍ਰੀ ਮੈਂ ਖਵਾਏ ਫ੍ਰੀ ਮੈਂ, ਠੀਕ ਹੈ ਹਾਂ ਫ੍ਰੀ ਮੈਂ, ਹੋਰ ਖਾਣਾ ਹੈ ਬਸ, ਰੋਜ਼ ਆ ਜਾ ਕਰੀਏ, ਮੈਂ ਰੋਜ਼ ਆ ਜਾ ਕਰਾਂ, ਕਹਿੰਦਾ ਰੋਜ਼ ਆ ਜਾ ਕਰ, ਹੈਂ ਹਾਂ ਹੈਂ, ਕਹਿੰਦਾ ਸਮੋਸੇ ਲੈ ਕੇ ਆਈਏ ਕੱਲ੍ਹ, ਕਹਿੰਦਾ ਸਮੋਸੇ ਲੈ ਕੇ ਕੱਲ੍ਹ ਸਮੋਸੇ ਲੈ ਕੇ ਆਏ, ਠੀਕ ਹੈ ਇਹਦੇ ਵੱਲ ਖਾਈ ਮਾੜੀ, ਸਮੋਸੇ ਲੈ ਕੇ ਆਉਣਾ ਕਿ ਕੁਛ ਹੋਰ ਖਾਣਾ, ਬਰਗਰ, ਜਦੋਂ ਅਸੀਂ ਗੋਲਗੱਪੇ ਲੈ ਕੇ ਆਏ ਸੀ ਤੇ ਇੱਥੇ ਜਵਾਕਾਂ ਦਾ ਧੱਕਾ ਪੈਂਦਾ ਸੀ, ਹੁਣ ਉਹ ਸਾਰੇ ਖੇਡਦੇ ਫਿਰਦੇ ਵੇਖੋ ਗੋਲਗੱਪੇ ਖਾ ਕੇ, ਸਾਰਿਆਂ ਦੇ ਢਿੱਡ ਫੁੱਲ ਹੋ ਗਏ, ਪਾਣੀ ਦਾ ਬੜਾ ਸਵਾਦ ਆ, ਹੋਰ ਗੱਲਾਂ ਦੀਆਂ ਗੱਲਾਂ, ਅੱਜ ਰੱਬ ਨੇ ਸਾਡੇ ਤੋਂ 2 ਚੰਗੇ ਕੰਮ ਕਰਾਏ, ਇੱਕ ਤਾਂ ਸਾਰਿਆਂ ਨੂੰ ਗੋਲਗੱਪੇ ਖਵਾ ਤੇ, ਤੇ ਇੱਕ ਅਜਾ ਬੰਦਾ ਖੁਸ਼ ਕਰਦਾ, ਕਿੰਨੇ ਵਜੇ ਜਾਣੇ ਘਰੇ ਗੋਲਗੱਪੇ ਵੇਚ ਕੇ, ਹੁਣ ਜਾਣਾ 9 ਵਜੇ, ਨਹੀਂ 9 ਵਜੇ ਘਰੇ, ਕਿੰਨੇ ਵਜੇ ਆਤਾ ਤੇ ਗੋਲਗੱਪੇ ਵੇਚ ਕੇ, 9 ਵਜੇ 9 ਵਜੇ ਆਜ ਅੱਜ 7 ਵਜੇ ਆਏ, ਹੁਣ ਇਹ ਵਿਚਾਰਾ ਚੱਲਿਆ ਘਰ ਨੂੰ, ਗੋਲਗੱਪੇ ਦੇ ਸਾਰੇ ਖਤਮ ਹੋ ਗਿਆ, ਵਿਹਲਾ ਹੋ ਗਿਆ, ਚੱਲੀਏ ਵੀ ਹੁਣ, ਕਮੈਂਟ ਵੀ ਕਰ ਦਿਓ ਕਮੈਂਟ ਵੀ।
ਪੇਜ ਕੋ ਲਾਈਕ ਵੀ ਕਰ ਦੋ। ਚਲੋ ਠੀਕ ਹੈ ਜੀ, ਜਵਾਕਾਂ ਦੇ ਕਹਿਣ ਦੇ ਸ਼ੇਅਰ ਕਰ ਦਿਓ ਸਰ ਜਿਹੜੇ। ਸਤਿ ਸ਼੍ਰੀ ਅਕਾਲ।